जी थोड़ा शब्द है थोड़े अपने यूट्यूब चैनल जिसका नाम है अमित जिंदल अधीन सेवावां चोन बोर्ड पंजाब दे वल्लों कलर्क दियां पोस्टां दे लई जो टाइपिंग टैसट लिया गया सी 22 जुलाई तो लैके 26 जुलाई तक उहदा नतीजा अज बोर्ड ने घोषित करता। देखते हैं जी रिजल्ट तुसीं किस तरह देख सकते हो। ऑफिशियल वैबसाइट खोली हुई है जी उरे EBSB 29/7/2022 पब्लिक नोटिस रिगार्डिंग रिजल्ट ऑफ टाइप टैसट 22 तो लैके 26 जुलाई एडवरटाइजमेंट नंबर 17 कलर्क दियां पोस्टां सी। दूजे नंबर ते है जी 18 कलर्क आई टी दियां पोस्टां ने। तीजे नंबर ते तुसीं देख सकते हो टाइपिंग टैसट 22 तो 26 एडवरटाइजमेंट नंबर 19 जो कलर्क अकाउंट्स दियां पोस्टां सी। उस तों इलावा जी चौथे नंबर ते है रिजल्ट टाइपिंग टैसट एडवरटाइजमेंट नंबर आई सी जी 2 दसंबर 2015 दे विच डिपार्टमेंट ऑफ सोशल सिक्योरिटी वूमेन एंड चाइल्ड डेवलपमेंट उहदे विच सी जी पोस्टस ऑफ डिपार्टमेंट ऑफ जनरल एडमिनिस्ट्रेशन एंड हैल्थ डिपार्टमेंट ओनली। तो इन्हां चारों का रिजल्ट जी अपलोड कर दिता गया तो तुसीं रिजल्ट देखते हो। एक जो लिंक दिता गया इहदे उपर तुसीं क्लिक करना है तो सब तो पहला खुल रहा है जी जो कलर्क दियां पोस्टां ने एडवरटाइजमेंट नंबर 17/2021 ਤਾਂ ਰਿਜ਼ਲਟ ਹੈ ਜੀ ਡਾਊਨਲੋਡ ਹੋ ਰਿਹਾ। ਲਗਭਗ 377 ਪੇਜਾਂ ਦਾ ਜੋ ਟਾਈਪਿੰਗ ਟੈਸਟ ਦਾ ਰਿਜ਼ਲਟ ਹੈ ਇਹ ਘੋਸ਼ਿਤ ਕੀਤਾ ਗਿਆ ਜੀ। ਇਹ ਜੀ ਰਿਜ਼ਲਟ ਆਪਣੇ ਕੋਲ ਸੁਬੋਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਪੰਜਾਬ ਕਲਰਕ ਦੀਆਂ ਪੋਸਟਾਂ ਦੇ ਲਈ ਜੋ ਟਾਈਪਿੰਗ ਟੈਸਟ ਹੋਇਆ ਸੀ ਉਹਦਾ ਸਾਰੇ ਕੈਂਡੀਡੇਟਸ ਦਾ ਰਿਜ਼ਲਟ ਹੈ। ਜਿਹੜੇ ਕੁਆਲੀਫਾਈਡ ਨੇ ਕੁਆਲੀਫਾਈਡ ਲਿਖਿਆ ਹੋਇਆ, ਨੋਟ ਕੁਆਲੀਫਾਈਡ ਦਾ ਨੋਟ ਕੁਆਲੀਫਾਈਡ ਲਿਖਿਆ ਹੋਇਆ, ਜਿਹੜੇ ਐਬਸੈਂਟ ਕੈਂਡੀਡੇਟਸ ਨੇ ਉਹਨਾਂ ਦਾ ਐਬਸੈਂਟ ਲਿਖਿਆ ਹੋਇਆ। 377 ਪੇਜਾਂ ਦਾ ਇਹ ਰਿਜ਼ਲਟ ਹੈ ਜੀ। ਅੱਗੇ ਦੇਖਦੇ ਹਾਂ ਜੀ ਅਗਲੀਆਂ ਪੋਸਟਾਂ ਦੇ ਲਈ। ਇਸ ਤੋਂ ਬਾਅਦ ਹੈ ਜੀ ਐਡਵਰਟਾਈਜਮੈਂਟ ਨੰਬਰ ਹੈ ਜੋ 18 ਕਲਰਕ ਆਈ ਟੀ ਦੀਆਂ ਪੋਸਟਾਂ ਨੇ ਇਹ 43 ਪੇਜਾਂ ਦਾ ਰਿਜ਼ਲਟ ਹੈ ਜੀ। ਜੋ ਸਾਰਾ ਰਿਜ਼ਲਟ ਹੈ 43 ਪੇਜਾਂ ਦੇ ਉੱਪਰ PDF ਫਾਈਲ ਹੈ ਜੀ ਪੂਰੀ। ਸਾਡੇ ਟੈਲੀਗ੍ਰਾਮ ਚੈਨਲ ਦੇ ਨਾਲ ਜੁੜੋ ਜਿਹਦੇ ਵਿੱਚ ਤੁਹਾਨੂੰ ਚਾਰੋ ਜੋ ਪੋਸਟਾਂ ਦਾ ਰਿਜ਼ਲਟ ਆਇਆ ਉਹਨਾਂ ਦੀ PDF ਫਾਈਲ ਹੈ ਜਿਹੜੀ ਉਹ ਭੇਜ ਦਿਆਂਗੇ। ਉਸ ਤੋਂ ਬਾਅਦ ਹੈ ਜੀ ਕਲਰਕ ਅਕਾਊਂਟਸ ਦੀਆਂ ਪੋਸਟਾਂ ਦਾ ਰਿਜ਼ਲਟ ਹੈ ਜੋ ਡਾਊਨਲੋਡ ਹੋ ਰਿਹਾ, ਇਹ ਵੀ ਤੁਹਾਨੂੰ ਦਿਖਾਵਾਂਗੇ ਕਲਰਕ ਅਕਾਊਂਟਸ। ਅਤੇ ਜੋ ਚੌਥੇ ਨੰਬਰ 'ਤੇ ਹੈ ਜੀ ਉਹ ਡਿਪਾਰਟਮੈਂਟ ਆਫ ਜਨਰਲ ਐਡਮਿਨਿਸਟ੍ਰੇਸ਼ਨ ਐਂਡ ਹੈਲਥ ਡਿਪਾਰਟਮੈਂਟ ਉਹਦੀਆਂ ਪੋਸਟਾਂ ਦਾ ਰਿਜ਼ਲਟ ਹੈ ਜੋ ਇਹ ਹੈ ਜੀ ਇੱਕ ਪੇਜ ਦੇ ਉੱਪਰ ਹੀ ਇਹ ਰਿਜ਼ਲਟ ਹੈ ਜਿਹੜਾ। ਕੈਂਡੀਡੇਟਸ ਜ਼ਿਆਦਾਤਰ ਇਹਦੇ ਵਿੱਚ ਐਬਸੈਂਟ ਨੇ ਜਾਂ ਨੋਟ ਕੁਆਲੀਫਾਈਡ ਨੇ। ਇਹਦੇ ਵਿੱਚ ਆ ਗਿਆ ਜੀ ਅੱਗੇ ਐਡਵਰਟਾਈਜਮੈਂਟ ਨੰਬਰ 19/2021 ਇਹ ਰਿਜ਼ਲਟ ਹੈ ਜੀ। ਲਗਭਗ 33 ਪੇਜ ਨੇ ਜੀ ਇਹਦੇ। ਤਾਂ ਕਲਰਕ ਅਕਾਊਂਟਸ ਦੀਆਂ ਪੋਸਟਾਂ ਦੇ ਲਈ ਇਹ ਰਿਜ਼ਲਟ ਹੈ। ਸਾਡੇ ਟੈਲੀਗ੍ਰਾਮ ਚੈਨਲ ਦੇ ਨਾਲ ਜੁੜੋ, ਹੋਰ ਜਾਣਕਾਰੀ ਦੇ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਵੀਡੀਓ ਲਾਈਕ ਕਰੋ, ਦੋਸਤਾਂ ਦੇ ਨਾਲ ਸ਼ੇਅਰ ਕਰੋ।